ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਬੇਟੀ ਬਚਾਓ ਬੇਟੀ ਪੜਾਓ ਪਰੰਤੂ ਲਗਾਤਾਰ ਹੀ ਦੇਸ਼ ਵਿੱਚ ਜਬਰ ਜਨਾਹ ਵਰਗੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਲੜਕੀਆਂ ਨਾਲ ਜਬਰ ਜਨਾਹ ਅਤੇ ਉਹਨਾਂ ਦੀ ਹੱਤਿਆ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰੰਤੂ ਕੇਂਦਰ ਸਰਕਾਰ ਦੋਸ਼ੀਆਂ ਉੱਤੇ ਢੁਕਵੀਂ ਕਾਰਵਾਈ ਕਰਦੀ ਹੋਈ ਦਿਖਾਈ ਨਹੀਂ ਦਿੰਦੀ ਇੱਕ ਹੋਰ ਤਾਜ਼ਾ ਮਾਮਲੇ ਤਹਿਤ ਜਿਸ ਵਿੱਚ ਇੱਕ ਲੜਕੀ ਨੂੰ SDM ਦਫ਼ਤਰ ਤੋਂ ਅਗਵਾ ਕਰਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸਦੇ ਸਰੀਰ ਦੇ ਅੰਗ ਕੱਟ ਕੇ ਨੋਇਡਾ ਵਿਖੇ ਸੁੱਟ ਦਿੱਤੇ ਗਏ ਜਿਸ ਤੋਂ ਬਾਅਦ ਪੂਰੇ ਦੇਸ਼ ਦੀਆਂ ਮਹਿਲਾਵਾਂ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਭੰਡਾਰੀ ਪੁਲ ਤੋਂ ਲੈ ਕੇ ਹਾਲ ਗੇਟ ਤੱਕ ਮਹਿਲਾਵਾਂ ਵੱਲੋਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਫਿਰ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਰੋਸ ਪ੍ਰਦਰਸ਼ਨ ਦੇ ਸੰਬੰਧ ਵਿੱਚ ਸੁੱਚਾ ਸਿੰਘ ਅਜਨਾਲਾ ਅਤੇ ਐਡਵੋਕੇਟ ਕਮਲਜੀਤ ਕੌਰ ਨੇ ਜਾਣਕਾਰੀ ਦਿੱਤੀ ਸੁੱਚਾ ਸਿੰਘ ਅਜਨਾਲਾ ਅੱਜ ਜਨਵਾਦੀ ਇਸਤਰੀ ਸਭਾ ਅਡਵਾ ਵੱਲੋਂ ਦਿੱਲੀ ਦੇ ਵਿੱਚ ਜੀ ਲੜਕੀ ਨਾਲ ਬਲਾਤਕਾਰ ਕਰਕੇ ਉਹਨੂੰ ਕਤਲ ਕੀਤਾ ਗਿਆ ਵਾ ਉਹਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਇੱਥੇ ਪ੍ਰਦਰਸ਼ਨ ਕੀਤਾ ਵਾ ਮੋਦੀ ਦਾ ਪੁਤਲਾ ਫੂਕਿਆ ਵਾ ਅਤੇ ਤਾਂ ਜੋ ਉਹਨਾਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਆਉਣ ਵਾਲੇ ਸਮੇਂ 'ਚ ਸਾਡੀਆਂ ਧੀਆਂ ਭੈਣਾਂ ਨਾਲ ਅਜਿਹਾ ਕਾਰਨ ਨਾ ਵਰਤੇ ਜਿੱਥੋਂ ਤੱਕ ਮੋਦੀ ਦੇ ਪਹਿਲੇ ਵਾਅਦੇ ਦਾ ਮਸਲਾ ਜਿੰਨੇ ਵਾਅਦੇ ਕਰਦਾ ਇਹੋ ਜਿਹੇ ਮੌਕੇ 'ਤੇ ਉਹ ਪੂਰੇ ਨਹੀਂ ਕਰਦਾ ਬਲਕਿ ਦੁਨੀਆ ਦੇ ਵਿੱਚ ਸਭ ਤੋਂ ਝੂਠਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੇ ਹੈ ਤਾਂ ਮੋਦੀ ਆ ਨਾ ਬੇਰੁਜ਼ਗਾਰ ਰੁਜ਼ਗਾਰ ਨਾ ਮਹਿੰਗਾਈ ਰੋਕੀ ਨਾ ਕਿਸਾਨਾਂ ਨੇ ਮਸਲੇ ਹੱਲ ਕੀਤੇ ਰਾਤੀਂ ਵੀ ਸਵੇਦ ਮਲਕ ਦੀ ਕੋਠੀ ਅੱਗੇ ਕਿਸਾਨ ਸ਼ਹੀਦ ਹੋ ਗਿਆ ਅਤੇ ਲਗਾਤਾਰ 700 ਤੋਂ ਵੱਧ ਸ਼ਹੀਦ ਹੋਏ ਆ ਪਰ ਉਹ 'ਤੇ ਕੋਈ ਅਸਰ ਨਹੀਂ ਦਲਿਤਾਂ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ ਇਸਤਰੀਆਂ ਦੇ ਹਮਲੇ ਹੋ ਰਹੇ ਆ ਉਹਨਾਂ ਹਮਲਿਆਂ ਦਾ ਜਵਾਬ ਦੇਣ ਲਈ ਸਾਡੇ ਕੋਲ ਸਿਵਾਏ ਪ੍ਰਦਰਸ਼ਨ ਤੋਂ ਬਿਨਾਂ ਕੋਈ ਰਾਹ ਨਹੀਂ ਇਸ ਕਰਕੇ ਰੋਸ ਜੋ ਅੱਜ ਵੀ ਪ੍ਰਦਰਸ਼ਨ ਕੀਤਾ ਆਉਣ ਵਾਲੇ ਸਮੇਂ 'ਚ ਵੀ ਲਗਾਤਾਰ ਇਨਸਾਫ ਲੈਣ ਲਈ ਇਹ ਰੈਲੀਆਂ ਮੁਜ਼ਾਹਰੇ ਕਰਦੇ ਰਹਾਂਗੇ ਮੇਰਾ ਨਾਮ ਐਡਵੋਕੇਟ ਕਮਲਜੀਤ ਕੌਰ ਆ ਮੈਂ ਐਡਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜ਼ਿਲ੍ਹੇ ਦੀ ਜਨਰਲ ਸਕੱਤਰ ਹਾਂ ਅਸੀਂ ਬੱਚੀ ਜਿਹੜੀ ਆ ਲਗਾਤਾਰ ਪਹਿਲਾਂ ਵੀ ਅਸੀਂ ਕਰਦੇ ਰਹੇ ਅਤੇ ਜਦੋਂ ਵੀ ਬੱਚੀਆਂ ਸਾਡੀਆਂ ਦੇ ਨਾਲ ਬਲਾਤਕਾਰ ਹੁੰਦੇ ਆ ਅਤੇ ਬੜੇ ਕਰੂਅਲ ਢੰਗ ਨਾਲ ਮਾਰ ਦਿੱਤੀਆਂ ਜਾਂਦੀਆਂ ਵਾਂ ਇੱਦਾਂ ਹੀ ਇਹ ਘਟਨਾ ਦਿੱਲੀ ਦੇ ਵਿੱਚ ਵਾਪਰੀ ਆ ਦਿੱਲੀ ਜਿਹੜਾ ਦੇਸ਼ ਦੀ ਰਾਜਧਾਨੀ ਹੋਵੇ ਦਿਲ ਹੋਵੇ ਜਿੱਥੇ ਮੋਦੀ ਬੈਠਾ ਹੋਵੇ ਦੇਸ਼ ਦੀ ਸਾਰੀ ਕੇਂਦਰ ਦੀ ਸਰਕਾਰ ਬੈਠੀ ਹੋਵੇ ਉੱਥੇ ਜਿੱਥੇ ਕੇਜਰੀਵਾਲ ਵਰਗੇ ਆਮ ਆਦਮੀ ਪਾਰਟੀ ਪਾਰਟੀ ਵਾਲੇ ਬੰਦੇ ਵੀ ਕਹਿੰਦੇ ਹੋਣ ਕਿ ਮੇਰੇ ਦਿੱਲੀ ਦਾ ਪ੍ਰਬੰਧ ਬੜਾ ਸਵੱਛ ਆ ਉੱਥੇ SDM ਦਫ਼ਤਰ ਦੇ ਵਿੱਚੋਂ ਇੱਕ ਬੱਚੀ ਜਿਹੜੀ ਆ ਛੋਟੀ ਮੁੰਟੀ ਨੌਕਰੀ ਕਰਦੀ ਉਹਨੂੰ ਉਠਾ ਕੇ ਲਿਆ ਜਾਵੇ ਉਦੋਂ ਜਦੋਂ ਉਹਦੀ ਲਾਸ਼ ਮਿਲੇ ਜਾ ਕੇ ਨੋਇਡਾ ਦੇ ਇਲਾਕੇ ਦੇ 'ਚੋਂ ਜਾ ਕੇ ਉਹਦੇ ਬੋਡੀ ਦੇ ਉੱਤੇ 50 ਚਾਕੂਆਂ ਦੇ ਨਾਲ ਉਹਦੇ ਇੰਟਰਨਲ ਪੋਰਸ਼ਨ ਜਿਹੜੇ ਅਸੀਂ ਦੱਸ ਨਹੀਂ ਸਕਦੇ ਉਹਨਾਂ 'ਚ ਵੀ ਉਹਦੀ ਬੋਡੀ ਦਾ ਇੱਕ ਇੱਕ ਜਿਵੇਂ ਕਿਸੇ ਦਾ ਅੰਗ ਕੱਟੀ ਦਾ ਵਾ ਇਵੇਂ ਕੱਟਿਆ ਗਿਆ ਉਸ ਬੱਚੀ ਨੇ ਕਿਸੇ ਦਾ ਕੀ ਗਵਾਇਆ ਹੋਇਆ ਸੀ ਉਹਦਾ ਬਲਾਤਕਾਰ ਕਰਕੇ ਉਦੋਂ ਬਣਾ ਉਹਦਾ ਜਿਹੜਾ ਨਾਮੋ ਨਿਸ਼ਾਨ ਮਚਾਉਣ ਵਾਸਤੇ ਪਰ ਇਹਦੇ ਤੱਕ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਆ ਜਿਹੜੀ ਜਿੱਥੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਦੇਸ਼ ਦੇ ਬਾਕੀ ਮਜ਼ਦੂਰਾਂ ਦੀ ਗੱਲ ਨਹੀਂ ਸੁਣੀ ਲਗਾਤਾਰ ਧੜਾਧੜ ਬਿੱਲ ਪਾਸ ਕਰ ਰਹੀ ਉਹਦਾ ਧਿਆਨ ਬਿੱਲ ਪਾਸ ਕਰਨ ਵਾਲੇ ਆ ਧੀਆਂ ਭੈਣਾਂ ਦੀ ਇੱਜ਼ਤ ਵੱਲ ਉਹਦਾ ਕੋਈ ਧਿਆਨ ਨਹੀਂ ਹੈਗਾ ਉਹ ਲਗਾਤਾਰ ਮੂਕ ਦਰਸ਼ਕ ਬਣ ਕੇ ਜਿਹੜਾ ਵਾ ਲਗਾਤਾਰ ਦੇਸ਼ ਦੀਆਂ ਜਾਇਦਾਦਾਂ ਵੇਚਣ ਵਾਲੇ ਪਾਸੇ ਵੀ ਤੁਰ ਪਏ ਸਾਰੀਆਂ ਹੀ ਹਵਾਈ ਜਹਾਜ਼ਾਂ ਦੇ ਅੱਡੇ ਰੇਲਵੇ ਅੱਡੇ ਬਾਕੀ ਪਬਲਿਕ ਪ੍ਰੋਪਰਟੀਆਂ ਸਾਰੀਆਂ ਵੇਚਣ ਵਾਲੇ ਪਾਸੇ ਆ ਪਰ ਬੱਚੀਆਂ ਦੀ ਸੁਰੱਖਿਆ ਵਾਸਤੇ ਜਿਹੜੇ ਗੁੰਡੇ ਛੱਡੇ ਹੋਏ ਨੇ ਆਪਣੇ ਪ੍ਰਬੰਧ ਜਿਹੜਾ ਗੱਲ ਕਰਦਾ ਵਾ ਉਹ ਲਗਾਤਾਰ ਉਹਨਾਂ ਨੂੰ ਗਾਲਾਂ ਕੱਢਦੇ ਆ ਲਾਈਵ ਹੋ ਕੇ ਜਿਹੜੇ ਆ ਡਰਾਇਆ ਜਾ ਰਿਹਾ ਦੇਸ਼ ਦੇ ਅੰਦਰ ਇਹ ਫਾਸੀਵਾਦ ਪ੍ਰਬੰਧ ਅਸੀਂ ਚਾਹੁੰਦੇ ਹਾਂ ਖਤਮ ਹੋਵੇ ਅਤੇ ਨਾਲ ਸਾਡੀ ਮੰਗ ਆ ਇਹ ਜਿਹੜੀ CBI ਦੇ ਕੋਲੋਂ ਇਨਕੁਆਇਰੀ ਕਰਾ ਕੇ ਉਹ ਸਾਡੀ ਬੱਚੀ ਨੂੰ ਧੀ ਨੂੰ ਇਨਸਾਫ ਦਵਾ ਜਾ ਕੇ ਜੰਗ ਤਾਂ ਕਿ ਸਾਡੀਆਂ ਕਾਲਜਾਂ 'ਚ ਪੜ੍ਹਨ ਵਾਲੀਆਂ ਬੱਚੀਆਂ ਸਕੂਲਾਂ 'ਚ ਪੜ੍ਹਨ ਵਾਲੀਆਂ ਬੱਚੀਆਂ ਦਿਲ ਫੜ ਕੇ ਬਹਿ ਜਾਂਦੀਆਂ ਨੇ ਮਾਪੇ ਦਿਲ ਫੜ ਕੇ ਬਹਿ ਜਾਂਦੇ ਆ ਬੱਚੀਆਂ ਨੂੰ ਬਾਹਰ ਕਿਵੇਂ ਭੇਜੀਏ ਪਤਾ ਨਹੀਂ ਕਿੱਥੇ ਦਰਿੰਦਿਆਂ ਨੇ ਸਾਡੀਆਂ ਬੱਚੀਆਂ ਦੀਆਂ ਨੋਚ ਕਤਨਾ ਵਾ ਇਹ ਸਾਡੀ ਮੰਗ ਆ ਵੀ ਇਹ ਜਿਹੜੇ ਕਾਨੂੰਨ ਆ ਜਿਹੜੇ ਕਾਗਜ਼ਾਂ 'ਚ ਬਣੇ ਹੋਏ ਆ ਪਰ ਲਾਗੂ ਨਹੀਂ ਹੋ ਰਹੇ ਇਹਨਾਂ ਨੂੰ ਸਪੀਡੀ ਜਿਹੜਾ ਵਾ ਤੇਜ਼ ਜਿਹੜਾ ਨਿਆਂਪਾਲਕਾ ਨੂੰ ਕਰਕੇ ਜਿਹੜਾ ਵਾ ਕਾਨੂੰਨ ਦੇ ਦਾਇਰੇ 'ਚ ਜੇ ਕੋਈ ਜਾਂਦਾ ਵਾ ਦੋ ਚਾਰ ਸਾਲ ਹੋ ਜਾਂਦੇ ਆ ਕੋਈ ਬੰਦਾ ਜਿਹੜਾ ਨੂੰ ਸਜ਼ਾ ਹੀ ਨਹੀਂ ਮਿਲਦੀ ਇਹ ਸੱਚੀ ਮੁੱਚੀ ਜਿਹੜੀ ਕਿਰਿਆ ਜਿਹੜੀ ਆ ਪ੍ਰਕਿਰਿਆ ਕਾਨੂੰਨੀ ਕਿਰਿਆ ਇਹਨੂੰ ਤੇਜ਼ ਕੀਤਾ ਜਾਵੇ
ਤਾਂ ਹੀ ਇਹ ਬੁਰਾਈ ਨੂੰ ਰੋਕਿਆ ਜਾ ਸਕਦਾ ਵਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।